ਸਾਡੇ ਨਾਲ ਜਗਮੋਹਨ ਸਿੰਘ ਕੰਗ ਨੇ ਕਾਫੀ ਇਮੋਸ਼ਨਲ ਹੋ ਗਏ ਕੱਟੇ ਹੀ ਜਾ ਰਹੇ ਹੋ ਕੱਟੇ ਹੋ ਤੁਸੀਂ ਪਾਰਟੀ ਛੱਡੀ ਕੰਗ ਸਭ ਤੋਂ ਪਹਿਲਾਂ ਕਾਂਗਰਸ ਛੱਡੀ ਕਾਫੀ ਸਾਲ ਤੁਸੀਂ ਕਾਂਗਰਸ ਬਿਤਾਏ ਕਾਫੀ ਸੇਵਾ ਕੀਤੀ ਕੀ ਲੱਗਦਾ ਹੁਣ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕੀ ਉਮੀਦ ਹੈ ਦੇਖੋ ਤੁਸੀਂ ਮੈਨੂੰ ਕਿਹਾ ਕਿ ਭਾਵੁਕ ਹੋ ਗਏ ਭਾਵੁਕ ਮੈਂ ਇਸ ਕਰਕੇ ਹੋਇਆ ਇੰਡੀਅਨ ਨੈਸ਼ਨਲ ਕਾਂਗਰਸ 47 ਸਾਲ ਮੈਂ ਸੇਵਾ ਕੀਤੀ ਅੱਜ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਲਤਾੜ ਕੇ ਛੱਡਤਾ ਮੈਨੂੰ ਕੋਈ ਕਦਰ ਨਹੀਂ ਪਾਈ ਕੰਮ ਦੀ ਵਫਾਦਾਰੀ ਦੀ ਕੰਪੀਟੈਂਸੀ ਦੀ ਅੱਜ ਸਾਡੀ ਕਾਂਗਰਸ ਪਾਰਟੀ ਵਿੱਚ ਪੈਸਾ ਅਤੇ ਲੌਬੀ ਪ੍ਰਧਾਨ ਬਣੀ ਹੋਈ ਹੈ ਮੇਰੀ ਟਿਕਟ ਜੋ ਕੱਟੀ ਹੈ ਇਲਾਕਾ ਨਿਵਾਸੀਆਂ ਨੂੰ ਬੜੀ ਨਮੋਸ਼ੀ ਹੈ ਮੈਂ ਜੋ ਫੈਸਲਾ ਲਿਆ ਕੇਜਰੀਵਾਲ ਜੀ ਨਾਲ ਜਾਣ ਦਾ ਉਹਨਾਂ ਦੀਆਂ ਪਾਰਟੀ ਦੀਆਂ ਗਤੀਆਂ ਵਿਧੀਆਂ ਕਾਰਗੁਜ਼ਾਰੀ ਦਿੱਲੀ ਵਿੱਚ ਦੇਖ ਕੇ ਸਾਰੇ ਪਾਸੇ ਜਲਵਾ ਦੇਖ ਕੇ ਮੈਂ ਲੋਕਾਂ ਨੂੰ ਪੁੱਛਿਆ ਕਿ ਭੈਣੋ ਦੇ ਭਰਾਵੋ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਟਿਕਟ ਮੇਰੀ ਕੱਟੀ ਗਈ ਹੈ ਅਤੇ ਮੈਨੂੰ ਆਮ ਪਾਰਟੀ ਦੇ ਲੀਡਰਾਂ ਨੇ ਟਿਕਟ ਆਫਰ ਕੀਤੀ ਜੂਨ ਦੇ ਵਿੱਚ ਪਿਛਲੇ ਸਾਲ ਮੈਂ ਜਵਾਬ ਦੇ ਦਿੱਤਾ ਕਿ ਮੈਂ ਪਾਰਟੀ ਵਫ਼ਾਦਾਰ ਸਿਪਾਹੀ ਹਾਂ ਮੈਂ ਪਾਰਟੀ ਨਹੀਂ ਛੱਡਣੀ ਹੁਣ ਆ ਕੇ ਅਸੀਂ ਬਹੁਤ ਅੱਗੇ ਲੰਘ ਚੁੱਕੇ ਹਾਂ ਉਹਨਾਂ ਨੇ ਕਿਹਾ ਕੇਜਰੀਵਾਲ ਸਾਹਿਬ ਨੇ ਚੱਡਾ ਜੀ ਨੇ ਕਿ ਹੁਣ ਕੰਗ ਸਾਹਿਬ ਟਿਕਟ ਸਾਨੂੰ ਵਾਪਸ ਲੈਣੀ ਅਨਮੋਲ ਮਾਨ ਦੀ ਬੜੀ ਮੁਸ਼ਕਿਲ ਹੈ ਤੁਸੀਂ ਸਾਨੂੰ ਜੁਆਇਨ ਕਰੋ ਸਾਨੂੰ ਜਿਤਾਓ ਤੁਹਾਡਾ ਪੂਰਾ ਆਦਰ ਮਾਨ ਹੋਏਗਾ ਨਾ ਮੈਂ ਕੋਈ ਸ਼ਰਤ ਰੱਖੀ ਹੈ ਮੈਨੂੰ ਪੁੱਛਿਆ ਉਹਨੇ ਕੱਲ ਮੈਂ ਤੇ ਮੇਰੇ ਦੋਨੋਂ ਬੇਟੇ ਯਾਦਵਿੰਦਰ ਤੇ ਅਮਰਿੰਦਰ ਅਸੀਂ ਗਏ ਸਾਨੂੰ ਬੁਲਾਇਆ ਮੁੱਖ ਮੰਤਰੀ ਜੀ ਨੇ ਕਿ ਮੈਂ ਚਾਹਤਾ ਹੂੰ ਜੋ ਆਪਕਾ ਪੰਜਾਬ ਮੇ ਕਦ ਹੈ ਸੀਨੀਓਰਟੀ ਹੈ ਇਤਨੀ ਸਰਵਿਸ ਹੈ ਕਾਂਗਰਸ ਕੀ ਆਪਕੋ ਉਹਨੇ ਧਕਾਰ ਦਿਆ ਕਾਂਗਰਸ ਪਾਰਟੀ ਨੇ ਬੁਰੀ ਬਾਤ ਹੈ ਮੈਂ ਉਸਕੀ ਨਿੰਦਾ ਕਰਤਾ ਹੂੰ ਆਪ ਆਈਏ ਔਰ ਮੈਂ ਆਪਣੇ ਕਰ ਕਮਲੋਂ ਸੇ ਆਪਕੋ ਪਾਰਟੀ ਜੁਆਇਨ ਕਰਵਾਉਣਾ ਚਾਹਤਾ ਹੂੰ ਜਿਹੜੀ ਗੱਲ ਰੱਖੀ ਜਾ ਰਹੀ ਸੀ ਕਿ ਤੁਹਾਡੇ ਬੇਟੇ ਆਜ਼ਾਦ ਉਮੀਦਵਾਰ ਤੌਰ ਤੇ ਲੜ ਸਕਦੇ ਨੇ ਉਹ ਹੁਣ ਆਮ ਆਦਮੀ ਪਾਰਟੀ ਚ ਆ ਗਏ ਆਮ ਆਦਮੀ ਪਾਰਟੀ ਦੀ ਸਪੋਰਟ ਕਰਨਗੇ ਅਨਮੋਲ ਗਗਨ ਮਾਨ ਦੀ ਹੀ ਸਪੋਰਟ ਹੋਏਗੀ ਦੇਖੋ ਤਾਂ ਅੰਡਰਸਟੂਡ ਹੈ ਨਾ ਜੀ ਜਦੋਂ ਸਾਡੀਆਂ ਸਾਰੀਆਂ ਗੱਲਾਂ ਖੁੱਲ ਗਈਆਂ ਮੈਨੂੰ ਉਹਨੇ ਸਪਸ਼ਟ ਕਹਿਤਾ ਵੀ ਕਾਂਗਰਸ ਤੁਹਾਨੂੰ ਟਿਕਟ ਆਫਰ ਕੀਤੀ ਸੀ ਜੂਨ ਦੇ ਮਹੀਨੇ ਪਿਛਲੇ ਸਾਲ ਤੇ ਜਵਾਬ ਦੇ ਦਿੱਤਾ ਹੁਣ ਆਪਾਂ ਬਹੁਤ ਲੇਟ ਹੱਥ ਮਿਲਾਇਆ ਲੇਟ ਤੁਰੇ ਹਾਂ ਜੋ ਵੀ ਹੈ ਇਸ ਕਰਕੇ ਟਿਕਟ ਸਾਡੀ ਲੈਣੀ ਵਾਪਸ ਹੈ ਲੇਕਿਨ ਸਾਨੂੰ ਤੁਹਾਡੀ ਔਕਾਤ ਤੁਹਾਡਾ ਕੱਦ ਤੁਹਾਡੀ ਸੀਨੀਓਰਟੀ ਸਭ ਕੁਝ ਪਤਾ ਹੈ।